ਸਵਾਗਤ ਹੈ ਦੋਸਤੋ ਤੁਹਾਡੇ ਸਭ ਦਾ ਆਪਣੇ ਚੈਨਲ ਜੀਐਸ ਅਪਡੇਟਸ ਤੇ ਇੱਕ ਹੋਰ ਨਵੀਂ ਵੀਡੀਓ ਦੇ ਵਿੱਚ ਲੈ ਕੇ ਆ ਚੁੱਕੇ ਹਾਂ ਤੁਹਾਡੇ ਸਭ ਦੇ ਲਈ ਪੇਪਰ ਰਾਜਨੀਤੀ ਸ਼ਾਸਤਰ ਕਲਾਸ 11ਵੀਂ ਦੇ ਲਈ ਸਤੰਬਰ ਪ੍ਰੀਖਿਆ ਦੇ ਲਈ ਫੁਲੀ ਸੋਲਡ ਪੇਪਰ ਸੋ ਪੂਰੀ ਜਾਣਕਾਰੀ ਵਿਦ ਸੋਲੂਸ਼ਨ ਤੁਹਾਨੂੰ ਅੱਜ ਇਸ ਵੀਡੀਓ ਵਿੱਚ ਦਿੱਤੀ ਜਾਵੇਗੀ ਸੋ ਵੀਡੀਓ ਨੂੰ ਅੰਤ ਤੱਕ ਜ਼ਰੂਰ ਦੇਖਣਾ ਤੇ ਨਾਲ ਹੀ ਜੇਕਰ ਚੈਨਲ ਤੇ ਪਹਿਲੀ ਵਾਰ ਵਿਜ਼ਿਟ ਕੀਤਾ ਹੈ ਤੇ ਹਜੇ ਤੱਕ ਚੈਨਲ ਨੂੰ ਸਬਸਕ੍ਰਾਈਬ ਨਹੀਂ ਕੀਤਾ ਹੈ ਤੇ ਚੈਨਲ ਨੂੰ ਕਰਕੇ ਸਬਸਕ੍ਰਾਈਬ ਨਾਲ ਤੇ ਘੰਟੀ ਬਟਨ ਨੂੰ ਜ਼ਰੂਰ ਦਬਾ ਲਵੋ ਕਿਉਂਕਿ ਇਸ ਚੈਨਲ ਦੇ ਉੱਪਰ ਤੁਹਾਨੂੰ ਇਸ ਤਰ੍ਹਾਂ ਫੁਲੀ ਸੋਲਡ ਪੇਪਰ ਤੁਹਾਡਾ ਸਮਾਂ ਵੇਸਤਾਂ ਕਰਦੇ ਹੋਏ ਚਲੋ ਪਾਠੀ ਵੀਡੀਓ ਨੂੰ ਸ਼ੁਰੂ ਕਰਦੇ ਹਾਂ ਪੇਪਰ ਹੈ ਰਾਜਨੀਤੀ ਸ਼ਾਸਤਰ ਕਲਾਸ 11ਵੀਂ ਸਮਾਂ ਤਿੰਨ ਘੰਟੇ ਤੱਕ ਜਾਵੇਗਾ ਤੇ ਕੁੱਲ 80 ਅੰਕ ਤੁਹਾਨੂੰ ਇਹ ਪੇਪਰ ਆਵੇਗਾ ਸੋ ਭਾਗ ਊੜੇ ਤੋਂ ਸਟਾਰਟ ਕਰਦੇ ਹਾਂ ਸਾਰੇ ਪ੍ਰਸ਼ਨਾਂ ਨੂੰ ਹੱਲ ਕਰੋ 35 ਅੰਕ ਦਾ ਤੁਹਾਡਾ ਭਾਗ ਊੜਾ ਹੈ ਫਸਟ ਕੁਸ਼ਨ ਹੈ ਜਸਟਿਸ ਸ਼ਬਦ ਕਿਸ ਭਾਸ਼ਾ ਤੋਂ ਨਿਕਲਿਆ ਹੈ ਸੋ ਆਪਸ਼ਨਸ ਪਰਸਰਦੇ ਹੋ ਤੇ ਉੱਤਰ ਆ ਜਾਵੇਗਾ ਆਪਸ਼ਨ ਬੀ ਲਾਤੀਨੀ ਭਾਸ਼ਾ ਤੋਂ ਦੂਸਰਾ ਹੈ ਭਾਰਤੀ ਸੰਵਿਧਾਨ ਦੀ ਪ੍ਰਸਤਾਵਨਾ ਦਾ ਆਰੰਭ ਹੁੰਦਾ ਹੈ ਉੱਤਰਾ ਜਾਵੇਗਾ ਅਸੀਂ ਭਾਰਤ ਦੇ ਲੋਕ ਵੀ ਦਾ ਪੀਪਲ ਆਫ ਇੰਡੀਆ ਨੈਕਸਟ ਹੈ ਪ੍ਰਸ਼ਨ ਤੀਸਰਾ ਭਾਰਤੀ ਸੰਵਿਧਾਨ ਵਿੱਚ ਕਿੰਨੇ ਅਨੁਛੇਦ ਹਨ ਉੱਤਰਾ ਜਾਵੇਗਾ ਆਪਸ਼ਨ ਏ 395 ਨੈਕਸਟ ਹੈ ਪੋਲੀਟੀਕਲ ਸਾਇੰਸ ਸ਼ਬਦ ਕਿਸ ਭਾਸ਼ਾ ਤੋਂ ਨਿਕਲਿਆ ਹੈ ਉੱਤਰਾ ਜਾਵੇਗਾ ਆਪਸ਼ਨ ਸੀ ਪੋਲੀਟਿਕਸ ਤੋਂ ਫੇਰ ਹੈ ਪੰਜਵਾਂ ਕੁਦਰਤੀ ਅਧਿਕਾਰਾਂ ਦਾ ਸਮਰਥਕ ਕਿਸ ਨੇ ਕੀਤਾ ਉੱਤਰ ਆ ਜਾਵੇਗਾ ਆਪਸ਼ਨ ਸੀ ਲੋਕ ਨੇ ਇਹ ਲਿਖਿਆ ਵੀ ਜੋ ਕਿਹੜਾ ਰਾਜਕ੍ਰਿਤ ਨਾਗਰੀਕਤਾ ਪ੍ਰਾਪਤ ਕਰਨ ਦਾ ਸਾਧਕ ਹੈ ਉੱਤਰ ਆ ਜਾਵੇਗਾ ਆਪਸ਼ਨ ਡੀ ਉੱਪਰ ਦੱਸੇ ਸਾਰੇ ਸੋ ਸਾਰੇ ਆਪਸ਼ਨਸ ਪੜ੍ਹ ਸਕਦੇ ਹਾਂ ਇਸ ਤੋਂ ਬਾਅਦ ਹੈ ਪ੍ਰਸ਼ਨ ਸਤਵਾਂ ਅੰਗਰੇਜ਼ੀ ਪਾਸ਼ਾ ਦੇ ਸ਼ਬਦ ਲੋ ਦਾ ਸ਼ਬਦੀ ਅਰਥ ਕੀ ਹੈ ਉੱਤਰ ਆ ਜਾਵੇਗਾ ਕਾਨੂੰਨ ਅੰਗਰੇਜ਼ੀ ਸ਼ਬਦ ਦਾ ਅੰਗਰੇਜ਼ੀ ਭਾਸ਼ਾ ਦੇ ਸ਼ਬਦ ਲਾ ਦਾ ਪੰਜਾਬੀ ਅਨੁਵਾਦ ਹੈ ਲਾ ਸ਼ਬਦ ਦੀ ਉਤਪਤੀ ਟੂਟੋਨਿਕ ਸ਼ਬਦ ਲੋਗ ਲੈਗ ਤੋਂ ਹੋਈ ਹੈ ਜਿਸ ਦਾ ਅਰਥ ਹੈ ਨਿਸ਼ਚਿਤ ਫਿਕਸਡ ਫਿਰ ਹੈ 8ਵਾਂ ਪ੍ਰਸ਼ਨ ਸੰਵਿਧਾਨ ਵਿੱਚ ਮੌਲਿਕ ਅਧਿਕਾਰਾਂ ਦਾ ਕਿਹੜਾ ਭਾਗ ਵਿੱਚ ਵਰਣਨ ਕੀਤਾ ਗਿਆ ਹੈ ਉੱਤਰ ਆਵੇਗਾ ਸਾਡੇ ਸੰਵਿਧਾਨ ਦੇ ਤੀਜੇ ਭਾਗ ਵਿੱਚ ਨਾਗਰਿਕਾਂ ਦੇ ਮੌਲਿਕ ਅਧਿਕਾਰਾਂ ਦਾ ਅਨੁਛੇਦ 14 ਤੋਂ 30 ਅਤੇ ਅਨੁਛੇਦ 32 ਵਿੱਚ ਵਰਣਨ ਕੀਤਾ ਗਿਆ ਹੈ। ਫਿਰ ਹੈ ਨਵਾਂ ਪ੍ਰਸ਼ਨ ਸਮਾਨਤਾ ਕਿਸ ਦਾ ਮਹੱਤਵਪੂਰਨ ਥੰਮ ਹੈ ਉੱਤਰਾ ਜਾਵੇਗਾ ਲੋਕਤੰਤਰ ਵਿੱਚ ਸਮਾਨਤਾ ਉਨੀ ਹੀ ਮਹੱਤਵਪੂਰਨ ਹੈ ਜਿੰਨੀ ਸੁਤੰਤਰਤਾ। 10ਵਾਂ ਪ੍ਰਸ਼ਨ ਰਾਜ ਦਾ ਰਾਜ ਦੇ ਕੋਈ नीट यू जी एंड आई आई स्टूडेंट्स के लिए एक बड़ी खुशखबरी खबर अन अकडमी नेशनल स्कॉलरशिप टेस्ट अनसेट के लिए रजिस्ट्रेशन ओपन हो चुकी हैं जिसका लिंक डिस्क्रिप्शन में दिया है आप डिस्क्रिप्शन पे दिए लिंक पे क्लिक करके अपनी कन्वीनियंस के अकॉर्डिंग ऑनलाइन या ऑफलाइन मोड में टेस्ट दे सकते हैं एंड यही नहीं इसमें हम नाइनटी तक की स्कॉलरशिप एक्साइटिंग कैश प्राइजेज एंड अदर प्राइजेज भी जीत सकते हैं एंड लास्ट ईयर भी अनसेट ओपन ने ऑल इंडिया रैंक वन नीट यू में हासिल किया था सो मौका हाथ से ना गवाइए एंड जल्दी से रजिस्टर कीजिए रजिस्टर करने के लिए जस्ट आपको डिस्क्रिप्शन में दिए लिंक पर क्लिक करके रजिस्टर नाव पर क्लिक कर देना है एंड देन आपको अपना मोबाइल नंबर फिल करके ओ के साथ वेरीफाई कर देना है देन आपको अपनी डिटेल्स फिल करनी है क्लास डिटेल्स बोर्ड डिटेल्स फिल करके सबमिट पे क्लिक कर देना है एंड जैसे ही आप सबमिट पे क्लिक करेंगे देन आपको अपना एग्जाम मोड ऑनलाइन या ऑफलाइन सेलेक्ट कर लेना है so जाइए और जल्दी से रजिस्टर कीजिए लिंक इन डिस्क्रिप्शन तीन जरूरी तत्व दसो पहला है वत्सो दूसरा सरकार तीसरी प्रभु सत्ता और चौथा है निश्चित भूमि आदि फिर है सही गलत वाले प्रश्न पोलीटिक्स नाम की पुस्तक लिखण वाला पहला व्यक्ति पोलैटो उतरा जाएगा सही नागरिकता दो किस्म की होंगी है उत्तरा जाएगा गलत नागरिकता चार किस्म की होंगी है फिर भारत के संविधान का मूल दर्शन प्रस्तावना समोया है उत्तरा जाएगा ठीक भारतीय संविधान लिखती संविधान है उत्तरा जाएगा ठीक अनुच्छेद 14 ਤੋਂ 18 ਤੱਕ ਸਮਾਨਤਾ ਦੇ ਅਧਿਕਾਰ ਦੀ ਵਿਵਸਥਾ ਕਰਦੇ ਹਨ ਉੱਤਰਾ ਜਾਵੇਗਾ ਗਲਤ ਸੋ ਇਸੇ ਸਹੀ ਗਲਤ ਵਾਲੇ ਪ੍ਰਸ਼ਨ ਇਸ ਤੋਂ ਬਾਅਦ ਹੈ 16ਵਾਂ ਪ੍ਰਸ਼ਨ ਰਿਪਬਲਿਕ ਕਿ ਪੁਸਤਕ ਦਾ ਲੇਖਕ ਡੈਸ਼ ਹੈ ਉੱਤਰਾ ਜਾਵੇਗਾ ਪਲੇਟੋ 97ਵਾਂ ਪ੍ਰਸ਼ਨ ਕਾਨੂੰਨ ਦੀ ਉਲੰਘਣਾ ਕਰਨ ਵਾਲੇ ਨੂੰ ਡੈਸ਼ ਦਿੱਤੀ ਜਾਂਦੀ ਹੈ ਉੱਤਰਾ ਜਾਵੇਗਾ ਸਜ਼ਾ ਜਾਂ ਜੁਰਮਾਨਾ ਰਾਜ ਦੇ ਡੈਸ਼ ਜ਼ਰੂਰੀ ਤੱਤ ਹਨ ਉੱਤਰਾ ਜਾਵੇਗਾ ਰਾਜ ਦੇ ਚਾਰ ਜ਼ਰੂਰੀ ਤੱਤ ਹਨ ਅਧਿਕਾਰ ਅਤੇ ਕਰਤੱਵ ਇੱਕ ਹੀ ਸਿੱਕੇ ਦੇ ਡੈਸ਼ ਪਾਸਿਆਂ ਉੱਤਰਾ ਜਾਵੇਗਾ ਦੋ ਪਾਸੇ ਹਨ ਰਾਜਨੀਤਿਕ ਸ਼ਾਸਤਰ ਦਾ ਪਿਤਾ ਡੈਸ਼ ਨੂੰ ਮੰਨਿਆ ਜਾਂਦਾ ਹੈ ਉੱਤਰ ਆਵੇਗਾ ਅਰਿਸਤੂ ਨੂੰ ਮੰਨਿਆ ਜਾਂਦਾ ਹੈ 21ਵਾਂ ਪ੍ਰਸ਼ਨ ਲੋਸ਼ ਆਫ ਦਾ ਡੈਸ਼ ਭਾਸ਼ਾ ਵਿੱਚੋਂ ਮੰਨਿਆ ਜਾਂਦਾ ਹੈ ਉੱਤਰ ਆਵੇਗਾ ਅੰਗਰੇਜ਼ੀ ਭਾਸ਼ਾ ਵਿੱਚੋਂ ਬਾਈਨੋ ਪ੍ਰਸ਼ਨ ਹੈ ਸੰਵਿਧਾਨ ਦੇ ਡੈਸ਼ ਭਾਗ ਵਿੱਚ ਰਾਜ ਦੀ ਨੀਤੀ ਦੇ ਨਿਰਦੇਸ਼ਕ ਸਿਧਾਂਤਾਂ ਦਾ ਵਰਣਨ ਕੀਤਾ ਗਿਆ ਹੈ ਉੱਤਰ ਆਵੇਗਾ 36 ਤੋਂ 51 ਤੱਕ ਜੋ ਵੀ ਮੈਂ ਤੁਹਾਨੂੰ ਕੋਸ਼ਨ ਦਿਖਾ ਰਿਹਾ ਹਾਂ ਵੈਰੀ ਵੈਰੀ ਇੰਪੋਰਟੈਂਟ ਹਨ ਐਗਜ਼ਾਮ ਦੇ ਵਿੱਚ ਪੁੱਛੇ ਜਾ ਸਕਦੇ ਹਨ ਸਾਰੇ ਕੋਸ਼ਨ ਤੁਸੀਂ ਧਿਆਨ ਨਾਲ ਨੋਟ ਜ਼ਰੂਰ ਕਰਨੇ ਨੇ ਆਪਾਂ ਨੈਕਸਟ ਤਈਵੇਂ ਪ੍ਰਸ਼ਨ ਵੱਲ ਵੱਧਦੇ ਹਾਂ ਭਾਰਤੀ ਸੰਵਿਧਾਨ ਵਿੱਚ ਡੈਸ਼ ਭਾਸ਼ਾਵਾਂ ਨੂੰ ਮਾਨਤਾ ਦਿੱਤੀ ਗਈ ਹੈ ਉੱਤਰ ਆਵੇਗਾ 22 ਭਾਸ਼ਾਵਾਂ ਦੇ ਵਿੱਚ ਮਾਨਤਾ ਦਿੱਤੀ ਗਈ ਹੈ ਫੇਰ ਹੈ 24ਵਾਂ ਸਮਾਨਤਾ ਲੋਕਤੰਤਰ ਦਾ ਡੈਸ਼ ਆਧਾਰ ਹੈ ਉੱਤਰਾਵੇਗਾ ਬੁਨਿਆਦੀ ਆਧਾਰ ਹੈ 25ਵਾਂ ਲੋਕ ਸਰਕਾਰ ਦੀ ਵਿਰੋਧਤਾ ਕਰ ਸਕਦੇ ਹਨ ਪਰ ਡੈਸ਼ ਦੀ ਨਹੀਂ ਸੋ ਇਸ ਦਾ ਉੱਤਰ ਤੁਸੀਂ ਕਮੈਂਟ ਕਰਕੇ ਦੱਸਣਾ ਹੋਵੇਗਾ 25ਵੇਂ ਅਤੇ 26ਵੇਂ ਪ੍ਰਸ਼ਨ ਦਾ ਸੰਵਿਧਾਨਿਕ ਸ਼ਕਤੀ ਦਾ ਸੋਮਾ ਡੈਸ਼ ਲੋਖ ਹਨ ਸੋ ਇਸ ਦਾ ਵੀ ਉੱਤਰ ਤੁਸੀਂ ਕਮੈਂਟ ਕਰਕੇ ਦੱਸਣਾ ਹੋਵੇਗਾ 27ਵਾਂ ਪ੍ਰਸ਼ਨ ਭਾਰਤ ਦੇ ਸੰਵਿਧਾਨ ਦੀ ਪ੍ਰਸਤਾਵਨਾ ਭਾਰਤੀ ਸੰਵਿਧਾਨ ਨ ਦੇ ਨੂੰ ਪੇਸ਼ ਕਰਦੀ ਹੈ ਉੱਤਰ ਆਵੇਗਾ ਸਿਧਾਂਤਾਂ ਨੂੰ ਫਿਰ 28ਵਾਂ ਭਾਰਤ ਦਾ ਸंवਿਧਾਨ ਵਿੱਚੋਂ ਸਭ ਤੋਂ ਜ਼ਿਆਦਾ ਡੈਸ਼ ਸंवਿਧਾਨ ਹੈ ਉੱਤਰ ਆਵੇਗਾ ਵੱਡਾ ਜਾਂ ਲੰਬਾ 29ਵਾਂ ਸੰਵਿਧਾਨਿਕ ਪੱਖ ਤੋਂ ਹਿੰਦੀ ਨੂੰ ਡੈਸ਼ ਭਾਸ਼ਾ ਦਾ ਅਧਿਕਾਰ ਦਿੱਤਾ ਗਿਆ ਹੈ ਉੱਤਰ ਆਵੇਗਾ ਰਾਸ਼ਟਰੀ ਭਾਸ਼ਾ ਦਾ 3ਵਾਂ ਪ੍ਰਸ਼ਨ ਸੰਵਿਧਾਨ ਸਭਾ ਦੀ ਮੌਜੂਦਾ ਸਮਤੀ ਦਾ ਪ੍ਰਦਾਨ ਕੌਣ ਸੀ ਉੱਤਰ ਆਵੇਗਾ ਡਾਕਟਰ ਬੀ ਆਰ ਅੰਬੇਦਕਰ 31ਵਾਂ ਪ੍ਰਸ਼ਨ ਸੰਵਿਧਾਨ ਸਭਾ ਦੇ ਸੰਵਿਧਾਨ ਨੂੰ ਗ੍ਰਹਿਣ ਕੀਤਾ ਸੀ ਉੱਤਰ ਆਵੇਗਾ 26 ਜਨਵਰੀ 1950 ਨੂੰ ਅੰਗਰੇਜ਼ੀ ਭਾਸ਼ਾ ਦਾ ਸ਼ਬਦ ਲਿਬਰਟੀ ਲਾਤੀਨੀ ਭਾਸ਼ਾ ਦੇ ਕਿਹੜੇ ਸ਼ਬਦ ਤੋਂ ਲਿਆ ਗਿਆ ਹੈ ਉੱਤਰ ਆਵੇਗਾ ਲਿਬਰ ਤੋਂ 33ਵਾਂ ਕਿਹੜਾ ਸ਼ਾਸਤਰ ਰਾਜਨੀਤੀ ਸ਼ਾਸਤਰ ਲਈ ਪਰੋਕਸ਼ ਸ਼ਾਲਾ ਦਾ ਕੰਮ ਕਰਦਾ ਹੈ ਉੱਤਰ ਆਵੇਗਾ ਇਤਿਹਾਸ ਰਾਜਨੀਤੀ ਸ਼ਾਸਤਰ ਮਨੁੱਖ ਨੂੰ ਵਿਗਿਆਨ ਦਿੰਦਾ ਹੈ ਉੱਤਰ ਆਵੇਗਾ ਅਧਿਕਾਰ ਅਤੇ ਕਰਤੱਵ ਦਾ ਸੰਵਿਧਾਨ ਵਿੱਚ ਅੰਕਿਤ ਮੌਲਿਕ ਕਰਤੱਵ ਦੀ ਕੁੱਲ ਗਿਣਤੀ ਹੈ ਉੱਤਰ ਆ ਜਾਵੇਗਾ 11 ਸੋ ਇਹ ਸੀ 21 ਅੰਕ ਵਾਲੇ ਪ੍ਰਸ਼ਨ ਆਬਜੈਕਟਿਵ ਟਾਈਪ ਕੁਸ਼ਨ ਜੋ ਕਿ કુલ 35 ਅੰਕ ਦੇ ਪੁੱਛੇ ਗਏ ਹਨ ਪੂਰੇ ਆਪਣਾ ਭਾਗ ਊੜਾ ਕੰਪਲੀਟ ਹੁੰਦਾ ਹੈ ਇਸ ਤੋਂ ਬਾਅਦ ਹੈ ਭਾਗ ਅੜਾ ਕੋਈ ਪੰਜ ਪ੍ਰਸ਼ਨ ਹੱਲ ਕਰੋ 15 ਅੰਕ ਦਾ ਪ੍ਰਸ਼ਨ ਹੈ 3-3 ਅੰਕ ਦਾ ਹਰੇਕ ਕੁਸ਼ਨ ਪੁੱਛਿਆ ਗਿਆ ਹੈ ਸੋ ਜਿਵੇਂ ਕਿ ਪਹਿਲਾ ਕੁਐਸਚਨ ਹੈ ਮਨੁੱਖ ਨੂੰ ਸਮਾਜਿਕ ਪ੍ਰਾਣੀ ਕਿਉਂ ਕਿਹਾ ਜਾਂਦਾ ਹੈ ਉੱਤਰ ਯੂਨਾਨ ਦੇ ਪ੍ਰਸਿੱਧ ਵਿਦਵਾਨ ਅ ਅਰਿਸਟੋਟਲ ਨੇ ਵਸਤੂ ਨੇ ਮਨੁੱਖ ਨੂੰ ਸਮਾਜਿਕ ਅਤੇ ਰਾਜਨੀਤਿਕ ਪ੍ਰਾਣੀ ਦੱਸਿਆ ਹੈ ਮਨੁੱਖ ਦੇ ਸਮਾਜਿਕ ਪ੍ਰਾਣੀ ਹੋਣ ਦੇ ਦੋ ਮੁੱਖ ਕਾਰਨ ਹਨ ਇੱਕ ਤਾਂ ਉਸ ਦੀ ਕੁਦਰਤੀ ਸੁਭਾਅ ਤੇ ਦੂਜਾ ਉਸ ਦੀਆਂ ਅਨੇਕਾਂ ਲੋਣਾ ਮਨੁੱਖ ਨੂੰ ਅੰਦਰ ਦੂਜਿਆਂ ਨਾਲ ਮਿਲ ਕੇ ਰਹਿਣ ਦੀ ਰੁਚੀ ਬਹੁਤ ਜ਼ਿਆਦਾ ਪ੍ਰਵਲ ਹੈ। ਮਨੁੱਖ ਸਮਾਜ ਵਿੱਚ ਜਨਮ ਲੈਂਦਾ ਹੈ ਅਤੇ ਸਮਾਜ ਵਿੱਚ ਹੀ ਉਸ ਦਾ ਅੰਤ ਹੁੰਦਾ ਹੈ। ਸਮਾਜ ਤੋਂ ਬਾਹਰ ਉਸ ਦੀਆਂ ਕੁਦਰਤੀ ਭਾਵਨਾਵਾਂ ਦਾ ਸੰਤੁਲਿਤ ਵਿਕਾਸ ਅਸੰਭਵ ਹੈ। ਕੁਦਰਤੀ ਰੁਚੀ ਤੋਂ ਇਲਾਵਾ ਮਨੁੱਖ ਦੀਆਂ ਲੋੜਾਂ ਵੀ ਉਸ ਨੂੰ ਸਮਾਜ ਵਿੱਚ ਰਹਿਣ ਲਈ ਮਜਬੂਰ ਕਰਦੀਆਂ ਹਨ। ਕੋਈ ਵੀ ਮਨੁੱਖ ਆਪਣੀਆਂ ਲੋੜਾਂ ਨੂੰ ਸਮਾਜਿਕ ਸਹਿਯੋਗ ਤੋਂ ਬਿਨਾ ਪੂਰਾ ਨਹੀਂ ਕਰ ਸਕਦਾ। ਇਸੇ ਕਾਰਨ ਕਿਹਾ ਜਾਂਦਾ ਹੈ ਕਿ ਮਨੁੱਖ ਸੁਭਾਅ ਉਸ ਨੂੰ ਸਮਾਜ ਵਿੱਚ ਰਹਿਣ ਲਈ ਪ੍ਰੇਰਿਤ ਅਤੇ ਉਸ ਦੀਆਂ ਲੋੜਾਂ ਮਜਬੂਰ ਕਰਦੀਆਂ ਹਨ। ਦੂਸਰਾ ਨਾਗਰਿਕ ਅਤੇ ਵਿਦੇਸ਼ੀ ਵਿੱਚ ਅੰਤਰ ਹੈ ਉਤਰਾਵੇਗਾ ਪਹਿਲਾ ਨਾਗਰਿਕ ਕੋਲ ਰਾਜਨੀਤਿਕ ਸਮਾਜਿਕ ਅਤੇ ਹੋਰ ਅਧਿਕਾਰ ਹੁੰਦੇ ਹਨ ਪਰ ਵਿਦੇਸ਼ੀ ਕੋਲ ਰਾਜਨੀਤਿਕ ਅਧਿਕਾਰ ਪ੍ਰਾਪਤ ਨਹੀਂ ਹੁੰਦੇ। ਨਾਗਰਿਕ ਨੂੰ ਸੈਨਿਕ ਸੇਵਾ ਲਾਜ਼ਮੀ ਕੀਤੀ ਜਾ ਸਕਦੀ ਹੈ ਪਰ ਵਿਦੇਸ਼ੀ ਨੂੰ ਸੈਨਿਕ ਸੇਵਾ ਲਈ ਮਜਬੂਰ ਨਹੀਂ ਕੀਤਾ ਜਾ ਸਕਦਾ। ਸੋ ਇਸੇ ਪ੍ਰਸ਼ਨ ਦਾ ਦੂਸਰਾ ਉੱਤਰ ਕਾਨੂੰਨੀ ਸਮਾਨਤਾ ਦਾ ਕੀ ਅਰਥ ਹੈ? ਉੱਤਰ ਆਵੇਗਾ ਕਾਨੂੰਨੀ ਸਮਾਨਤਾ ਕਾਨੂੰਨ ਨੂੰ ਕਾਨੂੰਨ ਦੀ ਨਜ਼ਰ ਵਿੱਚ ਸਾਰੇ ਵਿਅਕਤੀ ਸਮਾਨ ਹਨ। ਸਾਰਿਆਂ ਨੂੰ ਸਮਾਨ ਸੁਰੱਖਿਆ ਦਾ ਹੱਕ ਹੈ। ਜੇ ਕੋਈ ਕਾਨੂੰਨ ਉਨ ਨੂੰ ਪੰਗ ਕਰਦਾ ਹੈ ਤਾਂ ਹਰੇਕ ਵਿਅਕਤੀ ਲਈ ਸਮਾਨ ਜੁਰਮਾਨਾ ਜਾਂ ਸਜ਼ਾ ਹੋਣੀ ਚਾਹੀਦੀ ਹੈ। ਕਾਨੂੰਨ ਵਿੱਚ ਬਰਾਬਰ ਨੂੰ ਕਾਨੂੰਨ ਦੁਆਰਾ ਬਰਾਬਰ ਹੀ ਸਮਝਿਆ ਜਾਣਾ ਚਾਹੀਦਾ ਹੈ। ਚੌਥਾ ਭਾਰਤੀ ਸੰਵਿਧਾਨ ਦੀਆਂ ਕੋਈ ਚਾਰ ਵਿਸ਼ੇਸ਼ਤਾਵਾਂ ਲਿਖੋ। ਭਾਰਤੀ ਸੰਵਿਧਾਨ ਦੁਨੀਆ ਸਭ ਤੋਂ ਲੰਬਾ ਅਤੇ ਸਭ ਤੋਂ ਵਿਸਤ੍ਰਿਤ ਹੈ। ਇਹ ਅੰਸ਼ਕ ਤੌਰ ਤੇ ਸਖਤ ਅਤੇ ਅੰਸ਼ਕ ਤੌਰ ਤੇ ਲਚਕਦਾਰ ਹੈ। ਇਹ ਪ੍ਰਭੂ ਸੱਤਾ ਸੰਪੰਨ ਸਮਾਜਵਾਦੀ ਧਰਮ ਨਿਰਪੱਖ ਅਤੇ ਗਣਰਾਜ ਹੈ। ਸੰਸਦੀ ਕਿਸਮ ਦੀ ਸਰਕਾਰ ਪੰਜਵਾਂ ਪ੍ਰਸ਼ਨ ਰਾਜਨੀਤੀ ਸ਼ਾਸਤਰ ਅਤੇ ਇਤਿਹਾਸ ਵਿੱਚ ਅੰਤਰ ਲਿਖੋ ਉੱਤਰ ਆਵੇਗਾ ਪਹਿਲਾ ਇਤਿਹਾਸ ਅਸਲ ਹੈ ਪਰੰਤੂ ਰਾਜਨੀਤਿਕ ਸ਼ਾਸਤਰ ਵਿਚਾਰਸ਼ੀਲ ਵਿਸ਼ਾ ਹੈ ਇਤਿਹਾਸ ਦਾ ਸਬੰਧ ਭੂਤਕਾਲ ਨਾਲ ਹੈ ਪਰੰਤੂ ਰਾਜਨੀਤਿਕ ਸ਼ਾਸਤਰ ਭੂਤ ਵਰਤਮਾਨ ਭਵਿੱਖ ਕਾਲ ਨਾਲ ਸੰਬੰਧਿਤ ਹੈ ਅਗਲਾ ਹੈ ਨਿਰਦੇਸ਼ਕ ਸਿਧਾਂਤਾਂ ਦਾ ਮੁੱਖ ਉਦੇਸ਼ ਕੀ ਹੈ ਇਸ ਦਾ ਉੱਤਰ ਤੁਹਾਨੂੰ ਮੇਰੇ ਟੈਲੀਗ੍ਰam ਚੈਨਲ GS ਅਪਡੇਟਸ ਪੀਐਸਸੀਬੀ ਤੇ ਮਿਲ ਜਾਵੇਗਾ ਸੋ ਤੁਸੀਂ ਮੇਰਾ ਟੈਲੀਗ੍ਰam ਚੈਨਲ GS ਅਪਡੇਟਸ ਪੀਐਸਸੀਬੀ ਜ਼ਰੂਰ ਜੁਆਇਨ ਕਰ ਲੈਣਾ 8ਵੇਂ ਪ੍ਰਸ਼ਨ ਵੱਲ ਵਧਦੇ ਹਾਂ ਕੋਈ ਤਿੰਨ ਮਹੱਤਵਪੂਰਨ ਮੌਲਿਕ ਕਰਤੱਵ ਲਿਖੋ ਉੱਤਰ ਭਾਰਤੀ ਨਾਗਰੀਕਾਂ ਦੇ ਤਿੰਨ ਮਹੱਤਵਪੂਰਨ ਮੌਲਿਕ ਕਰਤੱਵ ਇਹ ਹਨ ਪਹਿਲਾ ਹੈ ਸੰਵਿਧਾਨ ਦੀ ਪਾਲਣਾ ਕਰਨੀ ਅਤੇ ਉਸ ਦੇ ਅਦਰਸ਼ਾਂ ਰਾਸ਼ਟਰੀ ਝੰਡੇ ਅਤੇ ਰਾਸ਼ਟਰੀ ਗੀਤ ਦਾ ਸਨਮਾਨ ਕਰਨਾ ਭਾਰਤੀ ਪ੍ਰਭੂਸੱਤਾ, ਇਕਤਾ ਤੇ ਅਖੰਡਤਾ ਦਾ ਸਮਰਥਨ ਕਰਨਾ ਤੇ ਉਸ ਦੀ ਰੱਖਿਆ ਕਰਨੀ, ਜਨਤਕ ਸਮੱਤੀ ਦੀ ਰੱਖਿਆ ਕਰਨਾ ਅਤੇ ਹਿੰਸਾ ਦਾ ਤਿਆਗ ਕਰਨਾ। ਸੋ ਇਹ ਸੀ ਪ੍ਰਸ਼ਨ 8ਵਾਂ ਦਾ ਉੱਤਰ। ਫਿਰ ਇਹ ਭਾਗ ਸਸਤਾ। ਕੋਈ ਤਿੰਨ ਪ੍ਰਸ਼ਨ ਹੱਲ ਕਰੋ। ਕੁੱਲ 18 ਦੇ ਦਾ ਤੁਹਾਨੂੰ ਪੁੱਛਿਆ ਗਿਆ 6-6 ਅੰਕ ਦਾ ਹਰੇਕ ਪ੍ਰਸ਼ਨ ਤੇ ਹਰੇਕ ਦੇ ਵਿੱਚ ਤੁਹਾਨੂੰ ਚੋਆਇਸ ਦਿੱਤੀ ਗਈ ਹੈ। ਦੋਨਾਂ ਦੇ ਵਿੱਚੋਂ ਤੁਸੀਂ ਇੱਕ-ਇੱਕ ਪ੍ਰਸ਼ਨ ਕਰਨਾ ਹੋਵੇਗਾ। ਜਿਵੇਂ ਕਿ ਪਹਿਲਾ ਕੁਐਸਚਨ ਹੈ ਰਾਜਨੀਤੀ ਸ਼ਾਸਤਰ ਦਾ ਕੀ ਅਰਥ ਹੈ ਇਸ ਨੂੰ ਪੜਨ ਦੇ ਲਾਭ ਹਨ ਕੀ ਲਾਭ ਹਨ ਜਾਂ ਫਿਰ ਅਧਿਕਾਰ ਅਤੇ ਕਰਤਵ ਕਿਸ ਤਰ੍ਹਾਂ ਪਰਸਪਰ ਸਬੰਧਿਤ ਹੈ ਹਾਊ ਰਾਈਟਸ ਐਂਡ ਡਿਊਟੀਆਂ ਆਰ ਕੋਰਿਲੇਟਿਡ ਉੱਤਰ ਅਧਿਕਾਰ ਅਤੇ ਕਰਤਵ ਦਾ ਪਰਸਪਰ ਸਬੰਧ ਇਸ ਤੱਥ ਤੋਂ ਸਪਸ਼ਟ ਹੈ ਕਿ ਜੋ ਮੇਰਾ ਅਧਿਕਾਰ ਹੈ ਉਹ ਦੂਜਿਆਂ ਦਾ ਕਰਤਵ ਬਣ ਜਾਂਦਾ ਹੈ ਇਸ ਤੋਂ ਇਲਾਵਾ ਹਰੇਕ ਅਧਿਕਾਰ ਨਾਲ ਉਸ ਅਧਿਕਾਰ ਦੀ ਉਚਿਤ ਵਰਤੋਂ ਦਾ ਕਰਤਵ ਵੀ ਸੰਬੰਧਿਤ ਹੈ ਹਰੇਕ ਅਧਿਕਾਰ ਆਪਣੇ ਆਪ ਵਿੱਚ ਇੱਕ ਕਰਤਵ ਹੈ ਕਿਉਂਕਿ ਹਰੇਕ ਵਿਅਕਤੀ ਨੂੰ ਇਸ ਤੱਥ ਦਾ ਧਿਆਨ ਰੱਖਣ ਦਾ ਪੈਂਦਾ ਹੈ ਕਿ ਅਜਿਹੇ ਅਧਿਕਾਰ ਦੂਜੇ ਵਿਅਕਤੀਆਂ ਨੂੰ ਵੀ ਪ੍ਰਾਪਤ ਹਨ ਕੋਈ ਅਧਿਕਾਰ ਸਮਾਜ ਵਿਰੋਧੀ ਨਹੀਂ ਹੋ ਸਕਦਾ ਅਤੇ ਇਸੇ ਕਾਰਨ ਹਰੇਕ ਅਧਿਕਾਰ ਨਾਲ ਉਸ ਦੇ ਸਮਾਜਿਕ ਕਲਿਆਣ ਲਈ ਵਰਤੋਕਰਨ ਦਾ ਕਰਤਵ ਵੀ ਸ਼ਾਮਿਲ ਹੈ ਅਧਿਕਾਰ ਰਾਜ ਦੁਆਰਾ ਪ੍ਰਦਾਨ ਕੀਤੇ ਜਾਂਦੇ ਹਨ ਅਤੇ ਇਸ ਲਈ ਰਾਜ ਦੀ ਸਹਾਇਤਾ ਕਰਨਾ ਅਤੇ ਰਾਜ ਨੂੰ ਸਹਿਯੋਗ ਦੇਣ ਦਾ ਕਰਤਵ ਹਰੇਕ ਅਧਿਕਾਰ ਨਾਲ ਸੁਭਾਵਿਕ ਰੂਪ ਵਿੱਚ ਸੰਬੰਧਿਤ ਹੈ ਨੈਕਸਟ ਦੂਸਰਾ ਪ੍ਰਸ਼ਨ ਸੁਤੰਤਰਤਾ ਕੀ ਹੈ ਸੁਤੰਤਰਤਾ ਦੀ ਰੱਖਿਆ ਕਵਚ ਦੱਸੋ ਜਾਂ ਫਿਰ ਸਮਾਨਤਾ ਤੋਂ ਕੀ ਭਾਵ ਹੈ ਸਮਾਨਤਾ ਦੀਆਂ ਵਿਸ਼ੇਸ਼ਤਾਵਾਂ ਦਾ ਵਰਣਨ ਕਰੋ ਉੱਤਰ ਸਮਾਨਤਾ ਦਾ ਸਧਾਰਨ ਅਰਥ ਸਾਰੇ ਵਿਅਕਤੀਆਂ ਦੀ ਕੁਦਰਤੀ ਸਮਾਨਤਾ ਹੈ ਪਰ ਇਸ ਤਰ੍ਹਾਂ ਸਮਾਨਤਾ ਕਿਸੇ ਸਮਾਜ ਵਿੱਚ ਸੰਭਵ ਨਹੀਂ ਹੋ ਸਕਦੀ ਮਿਸਟਰ ਵਰਕਰ ਅਨੁਸਾਰ ਸਮਾਨਤਾ ਦੇ ਸਿਧਾਂਤ ਦਾ ਅਰਥ ਇਹ ਹੈ ਕਿ ਅਧਿਕਾਰਾਂ ਦੇ ਰੂਪ ਵਿੱਚ ਜੋ ਸਹੂਲਤਾਂ ਮੈਨੂੰ ਪ੍ਰਾਪਤ ਹਨ ਉਹ ਸਹੂਲਤਾਂ ਉਸੇ ਰੂਪ ਵਿੱਚ ਦੂਜੇ ਨੂੰ ਪ੍ਰਾਪਤ ਹੋਣਗੀਆਂ ਅਤੇ ਜੋ ਅਧਿਕਾਰ ਦੂਜਨ ਦਿੱਤੇ ਗਏ ਹਨ ਉਹ ਮੈਨੂੰ ਪ੍ਰਾਪਤ ਹੋਣਗੇ ਸਮਾਨਤਾ ਦੇ ਅਰਥਾਂ ਦੀ ਵਿਆਖਿਆ ਕਰਦਿਆਂ ਲਾਫਕੀ ਨੇ ਕਿਹਾ ਸਮਾਨਤਾ ਦਾ ਪਹਿਲਾ ਅਰਥ ਵਿਸ਼ੇਸ਼ ਅਧਿਕਾਰਾਂ ਦੀ ਅਣਹੋਂਦ ਹੈ ਅਤੇ ਇਜ਼ਤ ਦੂਜਾ ਅਰਥ ਸਾਰੇ ਲੋਕਾਂ ਨੂੰ ਵਿਕਾਸ ਕਰਨ ਲਈ ਯੋਗ ਅਫਸਰ ਪ੍ਰਾਪਤ ਹੋਣੇ ਹਨ ਸਮਾਨਤਾ ਦੀਆਂ ਮਹੱਤਵਪੂਰਨ ਵਿਸ਼ੇਸ਼ਤਾਵਾਂ ਇਹ ਹਨ ਸੋ ਹੁਣ ਤੁਸੀਂ ਵਿਸ਼ੇਸ਼ਤਾਵਾਂ ਨੋਟ ਕਰ ਸਕਦੇ ਹੋ ਪੰਜ ਵਿਸ਼ੇਸ਼ਤਾਵਾਂ ਤੁਹਾਨੂੰ ਦੱਸ ਚੁੱਕੀਆਂ ਹਾਂ ਸੋ ਪੰਜੇ ਤੁਸੀਂ ਨੋਟ ਕਰ ਸਕਦੇ ਹੋ ਸਕਰੀਨਸ਼ਾਟ ਵੀ ਲੈ ਕੇ ਰੱਖ ਸਕਦੇ ਹੋ ਜੋ ਵੀ ਮੈਂ ਤੁਹਾਨੂੰ ਕੋਸ਼ ਦਿਖਾ ਰਿਹਾ ਬੇहद ਜ਼ਰੂਰੀ ਹਨ ਅਗਲਾ ਪ੍ਰਸ਼ਨ 3 ਤੀਸਰਾ ਭਾਰਤੀ ਸੰਵਿਧਾਨ ਬਣਤਰ ਵਿੱਚ ਸੰਗਾਤਮਕ ਪਰਵਾਸਤਵ ਅ ਵਿੱਚ ਇਕਾਤਮਕ ਹੈ ਕਿਵੇਂ ਸੰਵਿਧਾਨ ਵਿੱਚ ਸੰਗ ਸ਼ਬਦ ਇਕਤਾ ਦੀ ਭਾਵਨਾ ਦਰਸਾਉਂਦਾ ਹੈ ਸੰਕਟਾਲੀਨ ਸਥਿਤੀ ਵਿੱਚ ਰਾਜ ਦੀਆਂ ਸ਼ਕਤੀਆਂ ਰਾਸ਼ਟਰਪਤੀ ਕੋਲ ਆਉਣ ਕਾਰਨ ਸਾਂਝਾਂ ਜਿਆਦਾ ਇਕਾਤਮਕ ਬਣ ਜਾਂਦੀਆਂ ਹਨ ਭਾਰਤ ਵਿੱਚ ਇੱਕ ਹਰੀ ਨਾਗਰਿਕਤਾ ਦਾ ਸਿਧਾਂਤ ਹੈ ਰਾਜ ਸਰਕਾਰ ਦੇ ਮੁਕਾਬਲੇ ਕੇਂਦਰ ਸਰਕਾਰ ਵੱਧ ਸ਼ਕਤੀਸ਼ਾਲੀ ਹੈ ਸਾਡੇ ਦੇਸ਼ ਦਾ ਇੱਕੋ ਹੀ ਸੰਵਿਧਾਨ ਹੈ ਰਾਜ ਦੇ ਆਪਣੇ ਵੱਖ ਸੰਵਿਧਾਨ ਨਹੀਂ ਹਨ ਜਾਂ ਫਿਰ ਭਾਰਤੀ ਸੰਵਿਧਾਨ ਵਿੱਚ ਅੰਕਿਤ ਮੌਲਿਕ ਅਧਿਕਾਰਾਂ ਦਾ ਵਰਣਨ ਕਰੋ ਸੋ ਇਥੇ ਆਪਣਾ ਪਾਗੀੜੀ ਕੰਪਲੀਟ ਹੁੰਦਾ ਹੈ ਇਸ ਤੋਂ ਬਾਅਦ ਇਹ ਪਾਗ ਸਸਤਾ ਪੈਰਾ ਪੜ ਕੇ ਪ੍ਰਸ਼ਨਾਂ ਦੇ ਉੱਤਰ ਦਿਓ ਸੋ 12 ਗਿਦਾ ਤੁਹਾਨੂੰ ਪੁੱਛਿਆ ਗਿਆ ਇਹ ਕੁਐਸਚਨ ਇਸ ਦੇ ਵਿੱਚ ਤੁਹਾਨੂੰ ਇੱਕ ਪੈਰਾ ਦਿੱਤਾ ਗਿਆ ਤੁਸੀਂ ਇਸ ਨੂੰ ਪੜ ਸਕਦੇ ਹੋ ਤੇ ਕੁਝ ਕੁਐਸਚਨ ਇਸ ਦੇ ਵਿੱਚ ਪੁੱਛੇ ਗਏ ਹਨ ਉਹਨਾਂ ਦੇ ਉੱਤਰ ਇਸ ਦੇ ਆਧਾਰ ਤੇ ਦੇਣੇ ਹੋਣਗੇ ਜਿਵੇਂ ਕਿ ਪਹਿਲਾ ਪ੍ਰਸ਼ਨ ਹੈ ਭਾਰਤੀ ਸੰਵਿਧਾਨ ਕਿਹੜਾ ਸੰਵਿਧਾਨ ਹੈ ਉੱਤਰ ਆਵੇਗਾ ਭਾਰਤੀ ਸੰਵਿਧਾਨ ਇੱਕ ਲਿਖਤੀ ਸੰਵਿਧਾਨ ਹੈ ਫਿਰ ਹੈ ਜਦੋਂ ਸੁਤੰਤਰ ਭਾਰਤ ਦਾ ਸੰਵਿਧਾਨ ਲਾਗੂ ਹੋਇਆ ਸੀ ਤਾਂ ਉਸ ਵਿੱਚ ਕਿੰਨੀਆਂ ਅਨੁਸੂਚੀਆਂ ਸਨ ਉੱਤਰ ਆਵੇਗਾ 8 ਅਨੁਸੂਚੀਆਂ ਤੀਸਰਾ 10ਵੀਂ ਅਨੁਸੂਚੀ 1985 ਵਿੱਚ ਡੈਸ਼ ਸੰਵਿਧਾਨਿਕ ਸੋਧ ਦੁਆਰਾ ਸ਼ਾਮਿਲ ਕੀਤੀ ਗਈ ਸੀ ਉੱਤਰ ਆਵੇਗਾ 59ਵੀਂ ਸੋਧ ਦੁਆਰਾ ਸੁਤੰਤਰ ਭਾਰਤ ਦਾ ਸੰਵਿਧਾਨ ਕਦੋਂ ਲਾਗੂ ਹੋਇਆ ਸੀ ਉੱਤਰ 26 ਜਨਵਰੀ 1950 ਨੂੰ ਪੰਜਵਾਂ ਭਾਰਤੀ ਸੰਵਿਧਾਨ ਵਿਸ਼ਵ ਦਾ ਸਭ ਤੋਂ ਡੈਸ਼ ਅਤੇ ਡੈਸ਼ ਸੰਵਿਧਾਨ ਹੈ ਉੱਤਰ ਆਵੇਗਾ ਲੰਬਾ ਅਤੇ ਵਿਕਸਿਤ ਸੰਵਿਧਾਨ ਹੈ ਛੇਵਾਂ ਸੰਵਿਧਾਨ ਦੇ ਸਾਰੇ ਅਨੁਛੇਦਾਂ ਨੂੰ ਡੈਸ਼ ਭਾਗਾਂ ਵਿੱਚ ਵੰਡਿਆ ਗਿਆ ਹੈ ਉੱਤਰ 22 ਭਾਗਾਂ ਦੇ ਵਿੱਚ ਵੰਡਿਆ ਗਿਆ ਹੈ ਸੋ ਏਸੀ ਕੰਪਲੀਟ ਫੁਲੀ ਸੌਲਡ ਸੈਂਪਲ ਪੇਪਰ ਜਮਾਤ 11ਵੀਂ ਪੋਲੀਟੀਕਲ ਸਾਇੰਸ ਰਾਜਨੀਤਿਕ ਸ਼ਾਸਤਰ ਦਾ ਸੋ ਉਮੀਦ ਕਰਦਾ ਹਾਂ ਤੁਹਾਨੂੰ ਪੂਰੀ ਜਾਣਕਾਰੀ ਮਿਲ ਚੁੱਕੀ ਹੋਵੇਗੀ ਇਸੀ ਤਰ੍ਹਾਂ ਹੋਰ ਵੀਡੀਓਜ਼ ਦੇਖਣ ਲਈ ਚੈਨਲ ਨੂੰ ਕਰ ਲਓ ਸਬਸਕ੍ਰਾਈਬ ਮਿਲਦੇ ਹਨ ਨੈਕਸਟ ਵੀਡੀਓ ਤੱਕ ਲਈ ਬਾਏ ਬਾਏ ਟਾਟਾ ਧੰਨਵਾਦ